ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਜਾਰੀ ਹੈ, ਜਿਸ ਦੇ ਕਾਰਨ ਪਾਕਿਸਤਾਨ ਨੇ ਵਾਹਗਾ ਸਰਹੱਦ ਨੂੰ ਵੀ ਆਉਣ ਜਾਣ ਲਈ ਬੰਦ ਕਰ ਦਿੱਤਾ, ਜਿਸ ਕਾਰਨ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਆਪਣੇ ਬੇਟੇ ਦੇ ਦਿਲ ਦਾ ਇਲਾਜ ਕਰਵਾਉਣ ਲਈ ਭਾਰਤ ਆਇਆ ਪਰਿਵਾਰ ਅਟਾਰੀ ਸਰਹੱਦ 'ਤੇ ਫਸਿਆ ਹੋਇਆ। ਮੇਰਾ ਨਾਮ ਸਾਇਮਾ ਸ਼ਿਰਾਜ਼ ਹੈ। ਕੌਣ ਸੇ ਸ਼ਹਿਰ ਸੇ? ਹਮ ਪਾਕਿਸਤਾਨ ਕੇ ਸ਼ਹਿਰ ਕਰਾਚੀ ਸੇ ਹੈ। ਮੈਮ, ਆਪ ਆਪਣੇ ਬੇਟੇ ਕਾ ਆਪਰੇਸ਼ਨ ਕਰਵਾਉਣ ਕੇ ਲਈ ਯਹਾਂ ਪੇ ਪਹੁੰਚੀ ਥੀ, ਲੇਕਿਨ ਕੋਰੋਨਾ ਵਾਇਰਸ ਕੀ ਵਜ੍ਹਾ ਸੇ ਜੋ ਬਾਰਡਰ ਸੀਲ ਕਰ ਦਿਆ ਗਿਆ ਹੈ, ਅਭੀ ਕਿਆ ਆਗੇ ਮੁਸ਼ਕਿਲ ਆ ਗਿਆ? ਦੇਖੀਏ, ਕਰੋਨਾ ਇੱਕ ਆਲਮੀ ਮੁਸ਼ਕਿਲ ਹੈ ਜੋ ਸਭ ਕੇ ਲਈ ਆਈ ਵੀ ਹੈ ਇਸ ਵਕਤ, ਔਰ ਮੈਂ ਰਿਸਪੈਕਟ ਕਰਤੀ ਹੂੰ ਇੰਡੀਆ ਕੀ ਵੀ ਜੋ ਔਰ ਪਾਕਿਸਤਾਨ ਕੀ ਹਕੂਮਤ ਜੋ ਵੀ ਇਕਦਾਮਾਤ ਲੈ ਰਹੇ ਹੈ ਵੋ ਤੋ ਜ਼ਰੂਰੀ ਹੈ, ਲੇਕਿਨ ਇਸ ਵਕਤ ਹਮ ਵੀ ਇੱਕ ਮੁਸ਼ਕਿਲ ਮੇਂ ਫਸ ਗਏ ਹੈ ਕਿ ਹਮਾਰਾ ਬੱਚਾ ਇਸ ਵਕਤ ਨਾਜ਼ੁਕ ਹਾਲਾਤ ਮੇਂ ਹੈ ਕਿ ਇਸਕਾ ਇਸ ਵਕਤ ਕੇਅਰਿੰਗ ਔਰ ਰੈਸਟ ਦੋਨੋਂ ਚੀਜ਼ਾਂ ਚਾਹੀਏ, ਡਾਕਟਰਸ ਕੀ ਸੁਪਰਵਿਜ਼ਨ ਚਾਹੀਏ। ਇਸ ਵਕਤ ਵੋ ਬਿਲਕੁਲ ਅਭੀ ਹੋਸਪਿਟਲ ਸੇ ਡਿਸਚਾਰਜ ਹੁਆ ਹੈ, ਤੋ ਯੇ ਸਾਰੀ ਚੀਜ਼ਾਂ ਆਪਕੋ ਆਪਣੇ ਘਰ ਮੇਂ ਹੀ ਮੁਹੱਈਆ ਹੋ ਸਕਤੀ ਹੈ, ਹਮ ਕਹਾਂ ਤੱਕ ਉਸਕੋ ਕਿਧਰ ਕਿਧਰ ਲੈ ਕੇ ਜਾ ਸਕਤੇ ਹੈ, ਤੋ ਯਹੀ ਹਮਾਰੀ ਅਪੀਲ ਹੈ ਦੋਨੋਂ ਗਵਰਨਮੈਂਟ ਸੇ, ਚਾਹੇ ਉਹ ਇੰਡੀਆ ਕੀ ਗਵਰਨਮੈਂਟ ਹੈ ਜਾਂ ਪਾਕਿਸਤਾਨ ਕੀ ਗਵਰਨਮੈਂਟ ਹੈ, ਕਿ ਹਮਾਰੇ ਜੋ ਪ੍ਰੋਬਲਮ ਹੈ ਉਸਕੋ ਬਹੁਤ ਪ੍ਰਾਇਰਟੀ ਦੇਤੇ ਹੋਏ ਹਮੇਂ ਆਪਣੇ ਮੁਲਕ ਪਾਕਿਸਤਾਨ ਮੇਂ ਰਵਾਨਾ ਕਰੇ ਔਰ ਹਮਾਰੇ ਘਰ ਮੇਂ ਪਹੁੰਚਾ ਦੇ। ਮੇਰਾ ਨਾਮ ਸ਼ਿਰਾਜ਼ ਅਰਸ਼ਦ ਹੈ, ਮੈਂ ਪਾਕਿਸਤਾਨ ਕਾ ਰਹਿਸ਼ੀ ਹੂੰ। ਮੈਂ ਆਪਣੇ ਬੱਚੇ ਕਾ ਇਲਾਜ ਕਰਾਨੇ 18 ਫਰਵਰੀ ਕੋ ਇੰਡੀਆ ਆਇਆ ਥਾ ਔਰ ਉਸਕਾ ਹਾਰਟ ਸਰਜਰੀ ਹੋਈ ਹੈ। ਕੱਲ ਸੁਬਹਾ ਜਬ ਮੈਂ ਵਹਾਂ ਸੇ ਆਪਰੇਟ ਕਰਾ ਕੇ ਵਾਪਿਸ ਆਇਆ ਹੂੰ, ਤੋ ਮੈਨੇ ਇਹ ਰੇਲਵੇ ਸਟੇਸ਼ਨ ਅੰਮ੍ਰਿਤਸਰ ਸੇ ਟੈਕਸੀ ਲਿਆ ਔਰ ਹਮ ਅਟਾਰੀ ਬਾਰਡਰ ਗਏ ਹੈ। ਅਟਾਰੀ ਬਾਰਡਰ ਗਏ ਹੈ ਤੋ ਹਮੇਂ ਪਤਾ ਚਲਾ ਹੈ ਕਿ ਪਾਕਿਸਤਾਨ ਨੇ ਆਪਣੀ ਬਾਉਂਡਰੀਜ਼ ਬੰਦ ਕਰ ਦੀ ਹੈ, ਜਿਸ ਕੀ ਵਜ੍ਹਾ ਸੇ ਹਮ ਵਹਾਂ ਪੇ ਬਾਰਡਰ ਕ੍ਰੋਸ ਨਹੀਂ ਕਰ ਪਾਏ। ਅਬ ਹਮਾਰੀ ਅਪੀਲ ਹੈ ਆਪਣੀ ਗਵਰਨਮੈਂਟ ਸੇ ਕਿ ਹਮਾਰੇ ਕੋ ਸਪੈਸ਼ਲ ਫੇਵਰ ਦੀ ਜਾਏ, ਕਿਉਂਕਿ ਮੇਰੇ ਸਾਥ ਇੱਕ 12 ਸਾਲ ਕਾ ਬੱਚਾ ਹੈ ਜੋ ਹਾਰਟ ਸਰਜਰੀ ਮੇਂ ਮੁਬਤਲਾ ਹੈ, ਉਸਕੋ ਰਿਲੈਕਸ ਚਾਹੀਏ, ਸਕੂਨ ਚਾਹੀਏ ਔਰ ਉਸਕੋ ਅਭੀ ਡਾਕਟਰ ਕੋ ਵੀ ਦਿਖਾਨਾ ਹੈ ਇਮੀਡੀਏਟਲੀ, ਤੋ ਬਰਾਏ ਮਿਹਰਬਾਨੀ ਜੋ ਹੈਲਪ ਹੋ ਸਕੇ ਹਮਾਰੀ ਕੀ ਜਾਏ ਤਾਂ ਕਿ ਹਮ ਆਪਣੇ ਮੁਲਕ ਵਾਪਸ ਜਾ ਸਕੇ। ਆਪਕੋ ਕੋਈ ਭਰੋਸਾ ਦਿਆ ਗਿਆ ਵਹਾਂ ਸੇ ਕਿ ਕਿਤਨੇ ਦਿਨੋਂ ਮੇਂ ਆਪ ਜਾ ਸਕਤੇ ਹੈਂ ਵਾਪਸ? ਨਹੀਂ, ਅਭੀ ਹਮੇਂ ਕੁਛ ਨਹੀਂ ਬਤਾਇਆ ਗਿਆ ਹੈ, ਲੇਕਿਨ ਅਭੀ ਅੰਬੈਸੀਸ ਕੇ ਲੋਕ ਹਮਾਰੇ ਸਾਥ ਤਾਗੁਮ ਕਰ ਰਹੇ ਹੈ, ਵੋ ਬਤਾ ਰਹੇ ਹੈ ਕਿ ਇਨਸ਼ਾਅੱਲਾ ਆਪਕਾ ਕੇਸ ਜੋ ਹੈ ਆਪਕੇ ਬੱਚੇ ਕੀ ਵਜ੍ਹਾ ਸੇ ਹਾਈ ਕਮਾਂਡ ਸੁਣ ਰਹੇ ਹੈ, ਤੋ ਆਪਕੋ ਜਲਦੀ ਇਨਸ਼ਾਅੱਲਾ ਵਾਪਸ ਆਪਣੇ ਦੇਸ਼ ਬੁਲਾ ਲਿਆ ਜਾਏਗਾ। ਇੱਧਰ ਕੀ ਸਰਕਾਰ ਕੀ ਤਰਫ ਸੇ ਕੋਈ ਅਭੀ ਤੱਕ ਆਪਕੇ ਪਾਸ ਕੋਈ ਪਹੁੰਚ ਹੋਈ ਹੈ? ਨਹੀਂ, ਮੇਰੇ ਪਾਸ ਅਭੀ ਤੱਕ ਯਹਾਂ ਕੀ ਸਰਕਾਰ ਕੇ ਬੰਦੋ ਸੇ ਕੋਈ ਪਹੁੰਚ ਨਹੀਂ ਹੋਈ ਹੈ, ਲੇਕਿਨ ਯੇ ਹੈ ਕਿ ਹਮਾਰੇ ਰੋਬਿਨ ਭਾਈ ਹੈ, ਉਨਕੀ ਵਜ੍ਹਾ ਸੇ ਹਮ ਯਹਾਂ ਪੇ ਰਿਲੈਕਸਡ ਹੈ ਔਰ ਹਮੇਂ ਸਿਕਿਓਰ ਫੀਲ ਕਰ ਰਹੇ ਹੈਂ। ਕਿਤਨੇ ਮੈਂਬਰ ਆਏ ਹੈਂ? ਹਮ 4 ਮੈਂਬਰ ਹੈਂ, ਮੈਂ, ਮੇਰੀ ਵਾਈਫ, ਮੇਰਾ ਬੇਟਾ ਔਰ ਮੇਰੇ ਸੁਸਰ। ਤੋ ਯਹਾਂ ਪੇ ਕਿਤਨੇ ਕੌਨ ਸੀ ਤਾਰੀਖ ਕੋ ਆਪਰੇਸ਼ਨ ਹੁਆ ਥਾ? ਔਰ ਸਰ, ਯੇ ਹਮ 18 ਤਾਰੀਖ ਕੋ ਆਏ ਥੇ, 19 ਤਾਰੀਖ ਕੋ ਮੇਰੇ ਬੱਚੇ ਕੀ ਐਂਜੀਓਗ੍ਰਾਫੀ ਹੋਈ ਹੈ, 24 ਤਾਰੀਖ ਕੋ ਉਸਕਾ ਫਿਰ CCTGA ਕਾ ਆਪਰੇਸ਼ਨ ਹੈ, ਡਾਕਟਰ ਰਜੇਸ਼ ਸ਼ਰਮਾ ਜੋ ਆਪਕੇ ਇੰਡੀਆ ਕੇ ਸਭ ਬਹੁਤ ਬੜੇ ਬੱਚੋਂ ਕੇ ਚਾਈਲਡ ਸਪੈਸ਼ਲਿਸਟ ਹੈਂ ਹਾਰਟ ਕੇ, ਉਹਨੇ ਆਪਰੇਸ਼ਨ ਕੀਆ ਹੈ ਔਰ ਹਮਾਰੇ ਕੋ ਪਰਸੋਂ 25 ਤਾਰੀਖ ਕੋ ਉਹਨੇ ਉਹ 24 ਕੌਣ ਸੀ ਤਾਰੀਖ ਥੀ ਸਾਨੂੰ 16 ਤਾਰੀਖ ਕੋ ਡਿਸਚਾਰਜ ਕੀਆ ਹੈ ਔਰ 17 ਤਾਰੀਖ ਕੋ ਉਸਕਾ ਫਾਈਨਲ ਚੈੱਕਅਪ ਥਾ, ਫਿਰ ਹਮਨੇ FRO ਕਰਾਇਆ ਹੈ ਔਰ ਫਿਰ ਹਮ ਲੈ ਕੇ ਹਮ ਯਹਾਂ। ਕਿਆ ਵਹਾਂ ਪਰ ਇਹ ਇਲਾਜ ਨਹੀਂ ਥਾ, ਇਸ ਲਈ ਆਉਣਾ ਪੜਾ? ਜੀ, ਇਹ ਇਲਾਜ ਪਾਕਿਸਤਾਨ ਮੇਂ ਨਹੀਂ ਥਾ, ਇਹ ਸਿਰਫ ਔਰ ਸਿਰਫ ਇੰਡੀਆ ਮੇਂ ਹੈ ਔਰ ਉਸਕੇ ਸਪੈਸ਼ਲਿਸਟ ਹੈ ਡਾਕਟਰ ਰਜੇਸ਼ ਸ਼ਰਮਾ। ਸਰ, ਕਰੋਨਾ ਵਾਇਰਸ ਕੇ ਕਾਫੀ ਕੇਸ ਆ ਰਹੇ ਹੈ, ਇਸੀ ਵਜ੍ਹਾ ਸੇ ਬਾਰਡਰ ਸੀਲ ਕੀਆ ਗਿਆ, ਅਭੀ ਪਾਕਿਸਤਾਨ ਮੇਂ ਕਿਆ ਹਾਲਾਤ ਹੈ? ਇਸਕਾ ਤੋ ਮੁਝੇ ਪਤਾ ਨਹੀਂ ਹੈ, ਕਿਉਂਕਿ ਮੈਂ 1 ਮਹੀਨੇ ਸੇ ਯਹਾਂ ਪੇ ਹੂੰ ਔਰ ਜਬ ਸੇ ਮੈਂ ਇੰਡੀਆ ਆਇਆ ਹੂੰ ਮੈਨੇ ਕਰੋਨਾ ਵਾਇਰਸ ਕਾ ਨਾਮ ਨਹੀਂ ਸੁਣਾ ਥਾ, ਲੇਕਿਨ ਕੋਈ 8-10 ਦਿਨ ਮੇਂ ਕਰੋਨਾ ਵਾਇਰਸ ਕੀ ਇੱਕ ਬਿਮਾਰੀ ਜੋ ਪੂਰੀ ਦੁਨੀਆ ਮੇਂ ਫੈਲੀ ਹੋਈ ਥੀ, ਨਾ ਪਹਿਲੇ ਪਾਕਿਸਤਾਨ ਮੇਂ ਥੀ ਨਾ ਇੰਡੀਆ ਮੇਂ ਥੀ, ਅਬ ਦੋਨੋਂ ਜਗ੍ਹਾ ਜੋ ਹਮ ਨਿਊਜ਼ ਦੇਖ ਰਹੇ ਹੈ ਉਸਕੇ ਅੰਦਰ ਹੈ, ਲੇਕਿਨ ਉਸ ਇੱਕ ਬਿਮਾਰੀ ਹੈ ਉਸਸੇ ਫਾਈਟ ਤੋ ਕਰਨਾ ਹੈ, ਲੇਕਿਨ ਹਮ ਫਾਈਟ ਕਰ ਸਕਤੇ ਹੈ, ਲੇਕਿਨ ਇਹ ਜੋ ਹੈ ਕਿਆ ਨਾਮ ਹੈ ਬੱਚਾ ਹੈ ਉਹ ਇਸ ਵਕਤ ਉਸਕਾ ਆਪਰੇਟ ਹੁਆ ਹੁਆ ਹੈ, ਉਸਕੀ ਵਜ੍ਹਾ ਸੇ ਸਭ ਦੇਖ ਰਹੇ ਹੈ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ ਦਾ TVNRI।